ਤੱਕ ਅਨਸਾਰੀ ਵਾਲਾ ਸਵਾਲ, ਇਹ ਤਾਂ ਹੁਣ ਜੱਗ ਜ਼ਾਹਰ ਹੈ ਕਿ ਉਹ ਪੌਣੇ ਦੋ ਸਾਲ ਦੇ ਲਗਭਗ ਦੋ ਸਾਲ ਦੇ ਲਗਭਗ ਰੋਪੜ ਜੇਲ੍ਹ 'ਚ ਰਿਹਾ। ਉਸ ਕੇਸ ਦਾ ਵੀ ਨਹੀਂ ਪਤਾ ਜਿਹੜੇ ਕੇਸ 'ਚ ਰੱਖਿਆ ਸੀ, ਕੇਸ 'ਚ ਕਿਹੜੇ 'ਚ ਰੱਖਿਆ ਸੀ, ਕੋਈ ਕੇਸ ਨਹੀਂ ਸੀ। ਉੱਥੇ ਇੱਕ MLA MP ਕੋਰਟ ਹੈ UP 'ਚ, ਉਹਦੇ ਵਿੱਚ ਉਹਦਾ ਕੇਸ ਲੱਗ ਗਿਆ। ਉਹ 2 ਮਹੀਨੇ 3 ਮਹੀਨੇ 'ਚ ਉਹਨੂੰ ਸਜ਼ਾ ਹੋ ਜਾਣੀ ਸੀ। ਅਤੇ ਇਹ ਅਨਸਾਰੀ ਜਿਹੜਾ, ਇਹਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ। ਪੰਜਾਬ ਸਰਕਾਰ ਨਾਲ ਸੰਪਰਕ ਕਿਹੜੇ ਚੈਨਲ ਤੋਂ ਕੀਤਾ? ਕੈਪਟਨ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਦਾ, ਉਹ ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਰਣਿੰਦਰ ਨੂੰ ਪੁੱਛ ਲਿਓ, ਤੁਹਾਡੇ ਬੇਟੇ ਨੂੰ ਪੁੱਛ ਲਿਓ ਵੀ ਉਹ ਕਿੰਨੀ ਕੁ ਵਾਰੀ ਮਿਲਿਆ ਜ਼ਿੰਦਗੀ 'ਚ। ਸੰਪਰਕ ਕਰਕੇ ਇੱਕ ਇੱਥੇ ਥਰੈਟ ਦੀ FIR ਕਰਾ ਕੇ ਉਹਨੂੰ ਲੈ ਆਏ, ਇੱਥੇ ਲੈ ਆਏ ਜੀ। ਉਹਦੀ ਸੇਵਾ ਸ਼ੁਰੂ ਹੋ ਗਈ। ਘੱਟੋ ਘੱਟ 25 ਵਾਰ ਤੋਂ ਵੱਧ UP ਪੁਲਿਸ ਨੇ ਕਿਹਾ ਸਾਡਾ ਬੰਦਾ ਸਾਨੂੰ ਦੇ ਦਿਓ। ਕਦੇ ਕਹਿੰਦੇ ਰੀੜ੍ਹ ਦੀ ਹੱਡੀ ਨਹੀਂ ਠੀਕ ਹੈਗੀ, ਕਦੇ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ ਹੈ, ਟਰੈਵਲ ਨਹੀਂ ਕਰ ਸਕਦਾ। 25 ਦੀਆਂ 25 ਚਿੱਠੀਆਂ 'ਚ ਜਵਾਬ ਦਿੱਤਾ, ਮੈਂ ਅਸੀਂ ਨਹੀਂ ਦਿੰਦੇ ਇਹਨੂੰ। ਉਹਦੀ ਸੇਵਾ ਚੱਲ ਰਹੀ ਸੀ, ਉਹਦੀ ਵਾਈਫ ਆ ਕੇ 2 ਮਹੀਨੇ ਇੱਥੇ ਰਹਿੰਦੀ ਸੀ, ਜੇਲ੍ਹ ਦੇ ਮਗਲੇ ਪਾਸੇ ਕੋਠੀ ਲੈ ਲਈ ਸੀ, ਠੀਕ ਹੈ ਜੀ। ਫਿਰ UP ਪੁਲਿਸ ਗਈ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਨੂੰ ਕਿਹਾ ਉਹਨਾਂ ਨੇ ਕਿ ਸਾਨੂੰ ਬੰਦਾ ਨਹੀਂ ਦਿੰਦੇ ਜੀ ਪੰਜਾਬ ਪੁਲਿਸ ਵਾਲੇ, ਸਾਡਾ ਬੰਦਾ ਜੀ, ਉਹਦੇ ਕੇਸ ਚੱਲਦੇ ਨੇ। ਇਸ ਗੱਲ ਨੂੰ, ਇਸ ਕੇਸ ਨੂੰ ਲੜਨ ਲਈ ਵਕੀਲ ਕੀਤੇ ਗਏ ਕਿ ਆਪਾਂ ਦੇਣਾ ਨਹੀਂ ਬੰਦਾ ਹੈ। ਵਕੀਲਾਂ ਦੀ ਫੀਸ ਬਣ ਗਈ 55 ਲੱਖ। ਉਹ 55 ਇਨ ਦਾ ਮੀਨ ਟਾਈਮ ਇਹਨਾਂ ਦੀ ਸਰਕਾਰ ਬਦਲ ਗਈ। 55 ਲੱਖ ਰੁਪਏ ਦਾ ਬਿੱਲ ਤਾਂ ਮੇਰੇ ਕੋਲ ਹੀ ਆਊਗਾ ਨਾ, ਜਦੋਂ ਮੇਰੇ ਕੋਲ 55 ਲੱਖ ਦਾ ਬਿੱਲ ਆਇਆ, ਵਕੀਲਾਂ ਦੇ ਪੈਸੇ ਤਾਂ ਸਾਨੂੰ ਦੇਣੇ ਪੈਣਗੇ ਨਾ, ਠੀਕ ਹੈ ਨਾ। ਮੈਂ ਕਿਹਾ ਵੀ ਇਹ 55 ਲੱਖ ਆਪਾਂ ਖਜ਼ਾਨੇ 'ਚੋਂ ਕਿਉਂ ਦੇਵਾਂਗੇ? ਇਹ 55 ਲੱਖ ਉਹਨਾਂ ਤੋਂ ਵਸੂਲਣਾ ਚਾਹੀਦਾ ਜਿਨ੍ਹਾਂ ਨੇ ਬਿਨਾਂ ਕਿਸੇ ਕਾਰਨ ਤੋਂ ਇੱਥੇ ਰੱਖਿਆ ਉਹਨਾਂ ਨੂੰ। ਤਾਂ ਜੇਲ੍ਹ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਹੁੰਦਾ। 2021 'ਚੋਂ ਚਿੱਠੀ ਲਿਖ ਰਹੇ ਨੇ ਵੀ ਪਾਰਟੀ ਦੀ ਬਹੁਤ ਕਿਰਕਰੀ ਹੋ ਰਹੀ ਹੈ, ਮੂਹਰੇ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਮੀਡੀਆ ਸਵਾਲ ਪੁੱਛਦਾ, ਮੈਂ ਕੀ ਜਵਾਬ ਦੇਵਾਂ? ਮੈਨੂੰ ਤਾਂ ਤੁਸੀਂ ਦੱਸਦੇ ਨਹੀਂ ਹੈਗੇ ਕਿ ਤੁਸੀਂ ਲਿਆ ਕੇ ਉਹਨੂੰ ਰੱਖਿਆ ਅਨਸਾਰੀ ਨੂੰ। ਇਹ ਚਿੱਠੀ ਹੈ ਨਾ, ਮੈਂ ਲਿਖੀ ਹੈ ਚਿੱਠੀ, ਸੁਖਜਿੰਦਰ ਰੰਧਾਵਾ ਨੇ ਲਿਖੀ ਹੈ। ਇਹਦਾ ਮਤਲਬ ਜੇਲ੍ਹ ਮੰਤਰੀ ਕਹਿ ਰਹੇ ਸੀ ਤੁਸੀਂ ਗ੍ਰਹਿ ਮੰਤਰੀ ਹੋ, ਮੈਨੂੰ ਤਾਂ ਦੱਸ ਦਿਆ ਕਰੋ। ਅਤੇ ਗ੍ਰਹਿ ਮੰਤਰੀ ਕੌਣ? ਮੁੱਖ ਮੰਤਰੀ ਕੈਪਟਨ ਸਾਹਿਬ। ਕੈਪਟਨ ਸਾਹਿਬ ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਅੱਛਾ, ਮੈਨੂੰ ਕਹਿੰਦੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ, ਐਂ ਸਰਕਾਰਾਂ ਚੱਲਦੀਆਂ ਹੁੰਦੀਆਂ ਫਿਰ ਜਿਹੜੀਆਂ ਇਹਨਾਂ ਦੀਆਂ? ਨਾ ਮੁੱਖ ਮੰਤਰੀ ਨੂੰ ਪਤਾ ਕੌਣ ਹੈ, ਨਾ ਜੇਲ੍ਹ ਮੰਤਰੀ ਨੂੰ ਪਤਾ ਕੌਣ ਹੈ, ਕੋਈ ਵੀ ਆਈ ਗਿਆ ਜੇਲ੍ਹ 'ਚ, ਕੋਈ ਵੀ ਜਾਈ ਗਿਆ, ਠੀਕ ਹੈ ਨਾ। ਇਹ ਇਸ ਕਰਕੇ ਰਿਕਵਰੀ 55 ਲੱਖ ਦੀ ਹੋਊਗੀ। ਰੰਧਾਵਾ ਸਾਹਿਬ, ਕੈਪਟਨ ਸਾਹਿਬ, ਇਹ ਗੱਲ ਮੇਕ ਸ਼ੋਰ ਕਰ ਦੇਣਾ ਮੈਂ ਤੁਹਾਨੂੰ। ਉਹ ਕਹਿੰਦੇ ਜਦੋਂ ਹਜੇ ਪੇਮੈਂਟ ਹੋਈ ਹੋਈ ਨਹੀਂ ਫਿਰ ਰਿਕਵਰੀ ਕਾਹਦੀ? ਮੈਂ ਉਹੀ ਤਾਂ ਕਹਿੰਦਾ ਕਿ ਅਸੀਂ ਪੇਮੈਂਟ ਕਰਨੀ ਤੁਹਾਡੇ ਥਰੂ ਹੈ, ਅਸੀਂ ਕਿਉਂ ਕਰੀਏ? ਜੇ ਦੇਣੀ ਵੀ ਪੈ ਗਈ ਖਜ਼ਾਨੇ 'ਚੋਂ, ਰਿਕਵਰੀ ਤਾਂ ਫਿਰ ਇਹਨਾਂ ਤੋਂ ਹੀ ਹੋਊਗੀ। ਹਾਂਜੀ, ਰਣਿੰਦਰ ਦਾ ਰੋਲ ਵੀ ਐਕਸਪੋਜ਼ ਕਰੋਗੇ? ਪੁੱਛ ਲੈਣ ਕੈਪਟਨ ਸਾਹਿਬ, ਕੈਪਟਨ ਸਾਹਿਬ ਪੁੱਛ। ਅੱਛਾ, ਮੈਨੂੰ ਜਵਾਬ ਦੇ ਦਿਓ ਫਿਰ। ਕੱਲ੍ਹ ਉਹ ਮੈਂ ਸੁਣ ਦੇਖਿਆ ਵੀ ਜਦੋਂ ਕੋਈ ਪਹਿਲਵਾਨ ਹਾਰ ਜੇ ਨਾ, ਫਿਰ ਉਹ ਥੱਪੜੋ ਥੱਪੜੀ 'ਤੇ ਆ ਜਾਂਦਾ, ਫਿਰ ਉਹ ਗਾਲੋ ਗਾਲੀ 'ਤੇ ਆ ਜਾਂਦਾ। ਉਹ ਗੱਲ ਇਹਨਾਂ ਦੀ ਹੋਈ ਹੋਈ ਆ, ਗੱਲ ਇਹਨਾਂ ਨੂੰ ਕੋਈ ਆਉਂਦੀ ਨਹੀਂ, ਠੀਕ ਹੈ ਨਾ। ਮੈਨੂੰ ਨੋਟਿਸ ਜਾਰੀ ਕਰੋ, ਮੈਂ 1 ਵਾਲੀ ਫਲਾਈਟ ਫੜੂੰ, ਮੈਂ 3 ਵਾਲੀ ਫੜੂੰ, ਸਾਰੇ ਨੋਟਿਸ ਵੀ ਆ ਜਾਣਗੇ, ਠੀਕ ਹੈ ਨਾ। ਹਜੇ ਇਕੱਲੇ ਇਹ ਨਹੀਂ ਖੁਲਾਸੇ, ਇਹ ਤਾਂ ਹਜੇ ਬਹੁਤ ਘੱਟ ਨੇ ਜੋ ਸਮਾਨ ਇਹਨਾਂ ਦਾ ਪਿਆ ਨਾ। ਹੌਲੀ 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 ਕਾਨੂੰਨ ਦੇ ਪ੍ਰੋਸੈਸ 'ਚ ਆਊਗਾ, ਅਤੇ ਨਾਲ ਇਹ ਵੀ ਪੁੱਛ ਲਾਂਗੇ ਤੁਹਾਡੇ ਸਾਹਮਣੇ, ਅਸੀਂ ਜਾਂਚ ਕਰਵਾਵਾਂਗੇ।